ਬਣਾ ਬਣ ਜਾਣਾ। ਆ ਬਸ ਇਹ ਸਰਫੋਂ ਜਿਹੜਾ ਲਗਾਇਆ ਛੰਟ ਕੀਤਾ ਸੀ ਇਧਰ ਮਿਲ ਗਿਆ। ਅਸਲਾਮ ਵਾਲੇਕੁਮ ਵੀਰ, ਤੁਸੀਂ ਵੇਖ ਰਹੇ ਸਾਡਾ ਯੂਟਿਊਬ ਚੈਨਲ ਪੰਜਾਬੀ ਵਲੌਗ ਤੇ ਮੇਰਾ ਨਾਮ ਹੈ ਮੁਜ਼ੰਮਲ। ਉਮੀਦ ਕਰਦੇ ਹਾਂ ਸਾਰੇ ਵੀ ਠੀਕ ਹੋਵੋਗੇ। ਤੇ ਜੀ ਅੱਜ ਦੀ ਵੀਡੀਓ ਦਾ ਆਗਾਜ਼ ਕਰਨੇ ਆ। ਤੇ ਜਨਾਬ ਅੱਜ ਅਸੀਂ ਹੰਟਿੰਗ ਕਰਨ ਆਏ ਹੋਏ ਹਾਂ ਤੇ ਬਹੁਤ ਹੀ ਦਿਨਾਂ ਬਾਅਦ ਵੀਡੀਓ ਆ ਰਹੀ ਹੰਟਿੰਗ ਦੀ, ਕਿਉਂਕਿ ਅੱਗੋਂ ਨਾ ਸ਼ਿਕਾਰ ਮਿਲ ਨਹੀਂ ਸੀ ਰਿਹਾ, ਕਿਉਂਕਿ ਅੱਗੋਂ ਜਿਹੜੀ ਫਾਖਤਾ ਹੈ ਉਹਦਾ ਬੱਚਿਆਂ ਦਾ ਮੌਸਮ ਹੋ ਗਿਆ। ਕਈ ਐਸੇ ਪਰਿੰਦੇ ਨੇ ਜਿਨ੍ਹਾਂ ਦੇ ਬੱਚਿਆਂ ਦਾ ਮੌਸਮ ਹੈ, ਸਿਰਫ ਟੀਲੀਅਰ ਹੈ ਉਹ ਬੱਚੇ ਦੇ ਕੇ ਸਾਡੇ ਇਲਾਕੇ 'ਚ ਹੁੰਦਾ, ਉਹ ਠੰਡੇ ਇਲਾਕੇ 'ਚੋਂ ਇੱਧਰ ਆਉਂਦਾ। ਅਤੇ ਹੁਣ ਇੱਥੇ ਉਹਨਾਂ ਮਤਲਬ ਗੂਲਾਂ ਜਿਹੜੀਆਂ ਹੁੰਦੀਆਂ ਨਾ ਉਹ ਖਾਣ ਆਇਆ ਇਸ ਟਾਈਮ ਇਸ ਇਲਾਕੇ 'ਚ। ਅਤੇ ਅਸੀਂ ਇੱਥੋਂ ਹੁਣ ਹੰਟਿੰਗ ਕਰਨ ਆਏ ਹਾਂ ਅਤੇ ਦੋ ਤਿੰਨ ਲਗਾਏ ਨੇ ਉਹ ਦੇਖਣੇ ਆ। ਅਤੇ ਸਾਡੇ ਨਾਲ ਰਹੋ, ਵੀਡੀਓ ਲਾਈਕ ਕਰ ਦਿਓ ਅਤੇ ਮੇਰਾ ਯੂਟਿਊਬ ਚੈਨਲ ਪੰਜਾਬੀ ਲੋਕ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਐਂਡ ਮਜ਼ੀਦ ਅੱਛੀਆਂ ਵੀਡੀਓ ਆਉਂਦੀਆਂ ਰਹਿੰਦੀਆਂ ਅਤੇ ਦੇਖਣੇ ਆ। ਅਤੇ ਇੱਥੋਂ ਹੁਣ ਅਸੀਂ ਜਨਾਬ ਕਰ ਰਹੇ ਹਾਂ, ਲੱਭ ਰਹੇ ਹਾਂ ਸ਼ਿਕਾਰ, ਪਰ ਸ਼ਿਕਾਰ ਨਹੀਂ ਲੱਭ ਰਿਹਾ। ਦੇਖ ਸਕਦੇ ਹੋ ਨਹਿਰ ਦੇ ਨਾਲ ਅੱਗੇ ਸ਼ਿਕਾਰ ਹੁੰਦਾ ਸਹੀ ਬਹੁਤ ਜ਼ਿਆਦਾ, ਟੀਲੀਅਰ ਵਗੈਰਾ, ਕਿਉਂਕਿ ਹੁਣ ਮੌਸਮ ਹੈ ਟੀਲੀਅਰ ਇੱਧਰ ਆਏ ਹੁੰਦੇ ਆ ਸਾਡੇ ਇਲਾਕੇ 'ਚ। ਅਤੇ ਫਿਲਹਾਲ ਤਾਂ ਕੋਈ ਵੀ ਨਹੀਂ ਲੱਭ ਰਿਹਾ, ਉਹ ਲੱਭਣੇ ਆ ਦੇਖਣੇ ਆ, ਇਨਸ਼ਾਅੱਲਾ ਲੱਭਦੇ ਕੁਛ ਹੈ। ਜਨਾਬ ਅਸੀਂ ਪੂਰਾ ਇਲਾਕਾ ਫਿਰ ਛੜਿਆ ਅਤੇ ਟੀਲੀਅਰ ਕੋਈ ਨਜ਼ਰ ਨਹੀਂ ਆ ਰਿਹਾ। ਅੱਜ ਮੌਸਮ ਬੜਾ ਪਿਆਰਾ ਸੀ, ਅਸੀਂ ਆ ਕੇ ਸ਼ਾਇਦ ਅੱਜ ਨਾ ਬੈਠੇ ਹੋਣਗੇ ਬੜੇ ਖੁਸ਼ਹਾਲ ਹੋ ਕੇ, ਪਰ ਨਾ ਕੋਈ ਨਾਮ ਨਿਸ਼ਾਨ ਨਹੀਂ ਆਈ ਟੀਲੀਅਰ ਦਾ, ਕੋਈ ਹੋਰ ਵੀ ਸ਼ਿਕਾਰ ਮਿਲ ਨਹੀਂ ਰਿਹਾ ਅੱਜ। ਬਹੁਤ ਜਦੋਂ ਜਹਿਰ ਤੋਂ ਬਾਅਦ 'ਚ ਸਾਨੂੰ ਟੀਲੀਅਰ ਮਿਲ ਚੁੱਕੇ ਨੇ, ਉਹ ਸਾਹਮਣੇ ਫੱਗਲ ਦਿੱਤੇ ਬੈਠੇ ਨੇ ਅਤੇ ਲਾਉਂਦੇ ਹਾਂ ਛੰਡ ਕਰਨੇ ਆ ਅਤੇ ਦੇਖਣੇ ਇੱਧਰ, ਕਿਉਂਕਿ ਇਹਦਾ ਸ਼ਿਕਾਰ ਹੁੰਦਾ 12 ਬੋਰ ਦੇ ਨਾਲ ਤੇ ਕਲੀਅਰ ਬੈਠਾ ਏਅਰ ਗਨ ਦੇ ਨਾਲ। ਹੁਣ ਵੀ ਬਸ ਮਸਲਾ ਇਹ ਵੇ ਕਿ ਨਹਿਰ ਇੱਧਰ ਹੈ ਅਤੇ ਮਾਰਿਆ ਸੀ ਸ਼ਿਕਾਰ ਉੱਥੇ ਕੀਤਾ, ਅਤੇ ਹੁਣ ਅਸੀਂ ਇੱਧਰੋਂ ਕਿਵੇਂ ਟੱਪ ਕੇ ਜਾਈਏ, ਨਾ ਕੋਈ ਬੋਲੇ ਨਾ ਕੁਛ। ਹੁਣ ਸੋਚ ਰਹੇ ਹਾਂ ਕਿ ਪੁੱਲ ਜਨਾਬ ਉਹ ਬਹੁਤ ਜ਼ਿਆਦਾ ਦੂਰ ਹੈ, ਉਹ 2 ਕਿਲੋਮੀਟਰ ਪਿੱਛੇ ਹੈ ਪੁੱਲ ਰਹਿ ਗਿਆ। ਅਸੀਂ ਕਿਹਾ ਚਲੋ ਬਾਅਦ 'ਚ ਕਰਨੇ ਹਾਂ ਤਕਬੀਰ, ਅਤੇ ਅਸੀਂ ਪਾਸ ਛੱਡੀਏ ਅਤੇ ਕੁਛ ਕਰਨੇ ਹਾਂ। ਅਸੀਂ ਕਿਹਾ ਬਹੁਤ ਸਾਰੇ ਲਾ ਲਈਏ ਨਾ, ਬਾਅਦ 'ਚ ਫਿਰ ਚੁਣ ਲਵਾਂਗੇ। ਅਤੇ ਭਾਈ ਜੇਬ ਲੱਗੇ ਹੋਏ ਨੇ ਲੱਭਣ ਚਰਗਾਂ ਦੇ ਵਿੱਚੋਂ। ਹੁਣ ਜਾ ਰਹੇ ਹਾਂ ਅਸੀਂ ਅੱਗੋਂ ਖੁਸ਼ਾ ਲੱਭਦੀ, ਫਿਰ ਦੂਰ ਦੂਰ ਕੋਈ ਚੀਜ਼ ਮਿਲ ਨਹੀਂ ਗਈ।
ਕੁਛ ਦੂਰ ਜਗ੍ਹਾ ਤੇ ਬੈਠੇ ਇੱਕ ਉਹ ਬੈਠਾ ਸਾਰੇ ਉੱਤੇ ਮੇਰੇ ਅੱਖਾਂ ਦੇ ਵੀ ਕਿੱਧਰ ਦੀ ਨਿਕਲਣਾ ਉਹਨਾਂ ਦੇ ਆਪੇ ਆਵਾਜ਼ ਆ ਜਾਣੀ ਸਾਨੂੰ ਮਿਹਨਤ 'ਚ ਚੁੱਪ ਕਰਕੇ ਨਹੀਂ ਉਹ ਬੋਲਦੇ ਬੜਾ ਬਹੁਤ ਹੀ ਫਾਸਟ ਜਾ ਰਹੇ ਜਨਾਬ। ਬਾਰਿਸ਼ ਦਾ ਵੀ ਅੱਗੋਂ ਮੋਡ ਬਣਿਆ ਹੋਇਆ ਅਤੇ ਕੁਛ ਕਿਣ ਮਿਣ ਲੱਗੀ ਵੀ ਹੋਈ ਹੈ ਅਤੇ ਅੱਗੋਂ ਰਾਹ ਵੀ ਬਹੁਤ ਹੀ ਮੁਸ਼ਕਲਾਂ ਨਾਲ ਪੇਸ਼ ਆ ਰਹੇ ਨੇ ਅਤੇ ਦੇਖਦੇ ਦੇ ਕਿੱਥੋਂ ਪਹਾੜੀਆਂ ਚੜ੍ਹਾਈਆਂ ਚੜ੍ਹ ਰਹੇ ਹਾਂ ਅਸੀਂ ਅਤੇ ਹੁਣ ਇੱਕ ਹੀ ਖਤਰਾ ਹੈ ਕਿ ਕੰਡਾ ਲੱਗਾ ਮੋਟਰਸਾਈਕਲ ਨੂੰ ਅਤੇ ਅਸੀਂ ਇਹ ਵੀ ਆਪਾਂ ਜੰਗਲ 'ਚ ਰਹਿ ਜਾਣਾ ਕਿਉਂਕਿ ਇੱਥੇ ਕਿੱਕਰੀ ਬਹੁਤ ਜ਼ਿਆਦਾ ਅਤੇ ਕੰਡੇ ਬਹੁਤ ਜ਼ਿਆਦਾ ਲੱਗਦੇ ਨੇ। ਅੱਲਾ ਖੈਰ ਕਰੇਗਾ ਲੱਭਣੇ ਆ। ਅਤੇ ਜੀ ਸ਼ਿਕਾਰ ਦੇ ਵਕਤ ਆਣ ਪਹੁੰਚਿਆ ਦੇਖਦੇ ਹਾਂ ਮਾਸ਼ਾ ਅੱਲਾ ਤੇ ਬੈਠਾ ਤੇ ਦੇਖਦੇ ਹਾਂ ਤੇ ਉਹ ਟਾਪ ਦੇਖੋ ਬਾਪੂ ਚੱਲ ਰਹੀ ਮਿਸ ਵੀ ਹੋ ਰਹੇ ਨੇ ਤੁਹਾਨੂੰ ਅੱਜ ਆਲੇ ਦਿਖਾਉਂਦੇ ਹਾਂ ਜਨਾਬ। ਦੇਖੋ ਕਿੰਨੇ ਪਿਆਰੇ ਨੇ ਮੈਂ ਲੱਥਿਆ ਤੁਹਾਨੂੰ ਦਿਖਾਉਣਾ ਤਾਰ ਕੇ ਅੱਗੇ ਵੀ ਲੱਗੇ ਨੇ ਬਹੁਤ ਪਿਆਰੇ ਨੇ। ਜਨਾਬ ਛੋਟੀਆਂ ਪਿਆਰੀਆਂ ਪਿਆਰੀਆਂ ਚਿੜੀਆਂ ਦੇ ਹੁੰਦੇ ਨੇ ਅਤੇ ਉਹ ਵੀ ਇਹਨੂੰ ਬਣਾਉਂਦੀਆਂ ਨੇ ਬਹੁਤ ਹੀ ਖੂਬਸੂਰਤ ਇਹਨਾਂ ਦਾ ਮਤਲਬ ਘੋਂਸਲਾ ਹੁੰਦਾ ਅਤੇ ਅਗਰ ਉਹ ਅੱਗੇ ਮੈਂ ਤੁਹਾਨੂੰ ਦਿਖਾਉਣਾ ਉਹਦੇ ਤੁਹਾਨੂੰ ਸਹੀ ਵੀਡੀਓ ਬਣੇਗੀ ਦਿਖਾਉਣਾ। ਉਹ ਟੋਪ 'ਤੇ ਬੈਠਾ ਜਨਾਬ ਅਤੇ ਹੁਣ ਮੈਂ ਤੁਹਾਨੂੰ ਦਿਖਾਉਣਾ ਇਹ ਹੈ ਚੈੱਕ ਦੇਖ ਸਕਦੇ ਇਹ ਬਹੁਤ ਹੀ ਨਾ ਪਿਆਰੇ ਹੁੰਦੇ ਨੇ ਮੈਂ ਉਤਾਰ ਕੇ ਉਤਰਦਾ ਤਾਂ ਮੈਂ ਤੁਹਾਨੂੰ ਦਿਖਾਉਣਾ ਜੇ ਮੈਂ ਉਤਾਰ ਸਕਣਾ ਤਾਂ ਜਨਾਬ ਦੇਖੋ ਲੱਗੇ ਹੋਏ ਨੇ ਉਹ ਭਾਈ ਸਾਹਿਬ ਨੂੰ ਮਿਲ ਲੱਗਦਾ ਮਿਲ ਗਿਆ ਆ ਬਸ ਇਹ ਇਸ ਤਰਫੋਂ ਜਿਹੜਾ ਲਗਾਇਆ ਸ਼ੰਟ ਕੀਤਾ ਸੀ ਇੱਧਰ ਮਿਲ ਗਿਆ ਮਾਸ਼ਾਅੱਲਾ ਗਿਰ ਗਿਆ ਚੈੱਕ ਕਰਨੇ ਹਾਂ ਮਿਲ ਗਿਆ ਜਨਾਬ ਅਸੀਂ ਵਾਪਸ ਜਾ ਰਹੇ ਹਾਂ ਕਿਉਂਕਿ ਸਾਨੂੰ ਇੰਨਾ ਸ਼ਿਕਾਰ ਲੱਭਾ ਕੋਈ ਨਹੀਂ ਅੱਜ ਕਿਸਮਤ ਖਰਾਬ ਹੈ ਸਾਡੀ ਜਨਾਬ
ਜਿਸ ਟਾਈਮ ਹੁੰਦੇ ਆ ਸੰਸਕਾਰ ਭੱਜ ਜਾਂਦਾ। ਚਲੋ ਅੱਲਾ ਖੈਰ ਕਰੇਗਾ ਫਿਰ ਕਦੀ ਸਹੀ, ਅਤੇ ਵੀਡੀਓ ਬਾਅਦ 'ਚ ਪੂਰੀ ਕਰਿਆ ਕਰੋ, ਸਕਿਪ ਨਹੀਂ ਕਰਨੀ। ਅਤੇ ਮੇਰੇ ਯੂਟਿਊਬ ਚੈਨਲ ਪੰਜਾਬੀ ਵਲੌਗ ਨੂੰ ਸਬਸਕ੍ਰਾਈਬ ਕਰ ਲਓ, ਫਰੀ ਦੇ ਅੱਛੀਆਂ ਅੱਛੀਆਂ ਵੀਡੀਓ ਆਉਂਦੀਆਂ ਰਹਿੰਦੀਆਂ ਨੇ ਫਾਰਮਿੰਗ ਦੇ ਮੁਤਲਕ, ਐਵੇਂ ਹੰਟਿੰਗ ਦੇ ਮੁਤਲਕ। ਅਤੇ ਅਸੀਂ ਇੱਥੇ ਕਰ ਰਹੇ ਹਾਂ ਹੰਟਿੰਗ ਇੰਜੋਇਮੈਂਟ, ਅਤੇ ਈਦ ਦਾ ਮੁੱਕ ਗਈ ਅੱਜ ਤਕਰੀਬਨ, ਈਦ ਤੋਂ ਚੌਥੇ ਦਿਨ ਅਸੀਂ ਇੱਧਰ ਆਏ ਹਾਂ।